والصلاه والسلام على سيد الانبياء والمرسلين اما بعد فاعوذ بالله من الشيطان الرجيم بسم الله الرحمن الرحيم قل لا اسالكم عليه اجرا الا الموده في القربى آمنت بالله صدق الله الذي إن الله وملائكته يصلون على النبي يا أيها الذين آمنوا صلوا عليه وسلموا تسليما درود شریف پڑھو سارے الصلاة والسلام عليك يا سيدي يا رسول الله وعلى آلك وصحابك يا سيدي يا حبيب الله بڑا ਬਾਬਰ ਕਰਦੇ ਨੇ ਜ਼ਰਾ ਥੋੜ੍ਹਾ ਜਿਹਾ ਤਸੱਵਰ ਕਰੀਏ ਨਾ ਖਿਆਲ ਕਰੀਏ ਮੈਂ ਇੱਕ ਪ੍ਰੋਗਰਾਮ ਪੜ੍ਹਨ ਤੋਂ ਪਹਿਲੇ ਵੀ ਗੁਸਲ ਕਰਕੇ ਗਿਆ ਜਦੋਂ ਮੈਂ ਪੜ੍ਹ ਗਿਆ ਨਾ ਫਿਰ ਗਾਰ ਗਰਮੀ ਇੰਨੀ ਕੁ ਲੱਗੀ ਫਿਰ ਆ ਕੇ ਮੈਂ ਗੁਸਲ ਕਰਕੇ ਤੇ ਫਿਰ ਇੱਧਰ ਆ ਗਿਆ ਅਤੇ ਫਿਰ ਝਾਤੀ ਮਾਰੋ ਨਾ ਜ਼ਰਾ ਮੈਦਾਨੇ ਕਰਬਲਾ ਹੁਣ ਜਿਤਨੇ ਇੱਥੇ ਬੈਠੇ ਹੋ ਨਾ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕੰਮ ਛੱਡ ਦਿਓ ਬਸ ਮੇਰੇ ਵੱਲ ਵੇਖੋ ਕਿ ਅੱਜ ਜ਼ਿਕਰ ਕੀਤਾ ਹੈ ਅਤੇ ਮੁਹੱਬਤ ਨਾਲ ਅੱਜ ਦਰੂਦ ਪੜ੍ਹਨ ਦਾ ਦਿਨ ਹੈ ਨਬੀ ਤੇ ਦਰੂਦ ਹੈ ਤੇ ਮੁਸਤਫਾ ਦੀ ਆਲ ਤੇ ਦਰੂਦ ਹੈ ਤੇ ਇਬਰਾਹੀਮ ਤੇ ਇਬਰਾਹੀਮ ਦੀ ਆਲ ਤੇ ਦਰੂਦ ਹੈ ਸੁਭਾਨ ਅੱਲਾ ਤੇ ਪੜ੍ਹੋ ਫਿਰ ਸਾਰੇ ਮੁਹੱਬਤ ਨਾਲ ਕੋਈ ਬੰਦਾ ਖਾਮੋਸ਼ ਨਾ ਰਹੇ ਲੁਟਾਇਆ ਹੁਸੈਨ ਨੇ ਸਭ ਕੁਝ ਨਾਨੇ ਦੀਨ ਤੋਂ ਜਿਸ ਤਰ੍ਹਾਂ ਦਾ ਵੀ ਹੋਵੇ
ਜਿਹਨੇ ਇਸ ਘਰ ਦੀ ਇੱਜ਼ਤ ਕੀਤੀ ਹੈ। ਜਿਹੜੇ ਸਿਆਣੇ ਬੰਦੇ ਬੈਠੇ ਹੋ, ਤੁਸੀਂ ਵੇਖਿਆ ਵੀ ਹੋਵੇਗਾ ਆਪਣੀਆਂ ਅੱਖਾਂ ਦੇ ਨਾਲ, ਜਿਹਨਾਂ ਅਹਿਲੇ ਬੈਤ ਨਾਲ ਪਿਆਰ ਕੀਤਾ, ਜਿਹਨਾਂ ਹਜ਼ੂਰ ਦੀ ਆਲ ਦੇ ਨਾਲ ਮੁਹੱਬਤ ਰੱਖੀ ਹੈ, ਰੱਬ ਨੇ ਉਹਨਾਂ ਨੂੰ ਦੁਨੀਆਂ ਤੇ ਵੀ ਇਨਾਮ ਅਤਾ ਫਰਮਾ ਛੱਡਿਆ, ਰੱਬ ਕਬਰ ਵਿੱਚ ਵੀ ਫਰਮਾਏਗਾ ਤੇ ਹਸ਼ਰ ਵਾਲੇ ਦਿਨ ਵੀ ਫਰਮਾਏਗਾ। ਅਦਰਾਤੀ ਗ੍ਰਾਮੀ ਕਦਰ ਗੌਰ ਕਰਿਆ ਜੇ ਜ਼ਰਾ, ਔਰ ਮੈਂ ਇਸ ਜ਼ਿਕਰ ਨੂੰ ਇਸ ਤਰ੍ਹਾਂ ਸਮਝ ਕੇ ਕਰਨਾ ਕਿ ਇਹ ਜ਼ਿਕਰ ਗੁਨਾਹਾਂ ਦਾ ਕਫਾਰਾ, ਜ਼ਿਕਰਿਆ ਦੇ ਬੈਤ ਗੁਨਾਹਾਂ ਦਾ ਕਫਾਰਾ, ਕਾਰੀ ਸਾਹਿਬ ਬਖਸ਼ਿਸ਼ ਦਾ ਜ਼ਰੀਆ। ਜ਼ਿਕਰ ਜਿਹੜਾ ਮੈਂ ਵੀ ਤੁਸੀਂ ਕਰਨੇ, ਗੁਨਾਹਾਂ ਦਾ ਕਫਾਰਾ ਤੇ ਬਖਸ਼ਿਸ਼ ਦਾ ਜ਼ਰੀਆ। ਜਿਹੜਾ ਬੰਦਾ ਨਾ ਮੈਨੂੰ, ਮੈਂ ਦੁਆਵਾਂ ਕਰ ਕਰਕੇ ਥੱਕ ਗਿਆ, ਮੈਨੂੰ ਕੁਝ ਨਹੀਂ ਲੱਭਦਾ ਪਿਆ, ਪਤਾ ਨਹੀਂ ਰੱਬ ਮੇਰੀ ਸੁਣਦਾ ਕਿ ਨਹੀਂ ਸੁਣਦਾ, ਮੈਨੂੰ ਬੜੀ ਦੇਰ ਹੋ ਗਿਆ ਦੁਆਵਾਂ ਕਰਦੇ ਆ, ਉਹ ਸੈਯਦਾ ਜ਼ਹਰਾ ਪਾਕ ਦਾ ਚਾਦਰ ਦਾ ਵਾਸਤਾ ਪਾ ਕੇ ਨਾ ਇਸ ਤਰ੍ਹਾਂ ਝੋਲੀ ਨੂੰ ਇਸ ਤਰ੍ਹਾਂ ਕਰਕੇ ਮੰਗੇ ਤੇ ਫਿਰ ਵੇਖਿਓ ਰੱਬ ਦਿੰਦਾ ਕਿ ਨਹੀਂ ਦਿੰਦਾ। ਸਦਕਾ ਮੰਗੋ ਤੇ ਸਹੀ ਨਾ, ਫਿਰ ਵੇਖੋ ਮੇਰਾ ਰੱਬ ਕਿਵੇਂ ਅਤਾ ਕਰਦਾ। ਹਜ਼ਰਤ ਅੱਲਾਹ ਨੇ ਕੁਰਾਨ ਦੇ ਅੰਦਰ ਇਰਸ਼ਾਦ ਫਰਮਾਇਆ, ਅੱਲਾ ਨੇ ਫਰਮਾਇਆ ਕਿ ਸੋਹਣਿਆ ਤੁਸੀਂ ਐਲਾਨ ਫਰਮਾ ਦਿਆ ਜੀ ਆਪਣੇ ਕਲਮਾ ਪੜ੍ਹਨ ਵਾਲਿਆਂ ਨੂੰ, ਆਪਣੇ ਮੰਨਣ ਵਾਲਿਆਂ ਨੂੰ, ਯਾ ਅੱਲਾ ਕੀ ਕਹਿਣਾ, ਫਰਮਾਇਆ ਇਹਨਾਂ ਨੂੰ ਕਹਿ ਦਿਆ ਜੀ ਕਿ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ, ਇਲਲ ਮਵੱਦਾ ਤਾਂ ਫਿਲ ਕੁਰਬਾ, ਬਸ ਮੇਰੀ ਆਲ ਨਾਲ ਪਿਆਰ ਕਰਿਆ ਜੀ, ਬਸ ਮੇਰੀ ਆਲ ਨਾਲ ਪਿਆਰ ਕਰਿਆ ਜੀ, ਮੇਰੀ ਆਲ ਦੇ ਨਾਲ ਮੁਹੱਬਤ ਕਰਿਆ ਜੀ, ਮੇਰੀ ਆਲ ਦੇ ਨਾਲ ਮੁਹੱਬਤ ਕਰਿਆ ਜੀ। ਅਦਰਾਤੇ ਗ੍ਰਾਮੀ ਕਦਰ ਅਸੀਂ ਦੇ ਵੀ ਕੀ ਸਕਦੇ ਹਾਂ, ਅਸੀਂ ਦੇ ਵੀ ਕੀ ਸਕਦੇ ਹਾਂ, ਕੁਝ ਨਹੀਂ ਦੇ ਸਕਦੇ, ਲੇਕਿਨ ਫਰਮਾਇਆ ਕਿ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ, ਇਲਲ ਮਵੱਦਾ ਤਾਂ ਫਿਲ ਕੁਰਬਾ, ਬਸ ਮੇਰੀ ਆਲ ਨਾਲ ਪਿਆਰ ਕਰਿਆ ਜੀ, ਬਸ ਮੇਰੀ ਆਲ ਦੇ ਨਾਲ ਮੁਹੱਬਤ ਕਰਿਆ ਜੀ। ਅਦਰਾਤੇ ਗ੍ਰਾਮੀ ਕਦਰ ਫਿਰ ਅਹਿਲੇ ਬੈਤ ਦੀਆਂ ਸ਼ਾਨਾਂ ਰੱਬ ਨੇ ਕੁਰਾਨ ਦੇ ਅੰਦਰ ਇਰਸ਼ਾਦ ਫਰਮਾਇਆ, ਬੋਲੋ ਜ਼ਰਾ ਉੱਚੀ ਸੁਭਾਨ ਅੱਲਾਹ, ਸੁਭਾਨ ਅੱਲਾਹ। ਅਜਰਾਤ ਜਦੋਂ ਅਹਿਲੇ ਬੈਤ ਦੀ ਵਾਰੀ ਆ ਗਈ, ਅਹਿਲੇ ਬੈਤ ਦੀ ਸ਼ਾਨ ਦੀ ਵਾਰੀ ਆਈ, ਹੈ ਰੱਬ ਦਾ ਕੁਰਾਨ ਬੋਲਿਆ, ਖਾਲਕੇ ਕਾਇਨਾਤ ਨੇ ਫਰਮਾਇਆ, ਮਹਾਰਾਜ ਬਹਰੈਨ ਯਲਤਕੀਆਨ ਬੈਨਹੁਮਾ ਬਰਜ਼ਖੁਨ ਲਾ ਯਬਗੀਆਨ, ਸੁਭਾਨ ਅੱਲਾਹ, ਫਬੀ ਅਯਿਆ ਲਾ ਰੱਬਿਕੁਮਾ ਤਕਲਬਾ, ਚੁੰਮਦਾ ਰਿਹਾ ਏ ਹੁਸੈਨ, ਜਿਹਦੇ
ਹੱਥ ਖੁਦਾ ਦੇ ਆਏ ਸਾਰੇ ਮੈਂ ਕਿਵੇਂ ਤੇਰੇ ਹੱਥ ਦੇ ਅੰਦਰ ਮੈਂ ਆਪਣਾ ਹੱਥ ਦੇ ਦੇਵਾਂ। ਉਹਨੇ ਆਖਿਆ ਹੁਸੈਨ ਫਿਰ ਜੰਗ ਕਰਨ ਵਾਸਤੇ ਤਿਆਰ ਮੇਰੇ ਸੱਜੇ ਦੇ ਸੱਤ ਮੁਹਰਮ ਨੂੰ ਪਾਣੀ ਬੰਦ ਆਲਮ ਦੁਨੀਆਂ ਦੇ ਖੁੱਲੇ ਪਾਣੀ ਪੀ ਰਹੇ ਹੁਸੈਨ ਦੀਆਂ ਨਮਾਜ਼ ਪਿਆ ਸੀਏ ਅਦਰਾਜ ਵੇਖੋ ਤੇ ਸਹੀ ਗਰਮੀ ਦਾ ਮੌਸਮ ਕੈਸਾ ਮੌਸਮ ਏ ਅਦਰਾਜ ਕਰਬਲਾ ਦਾ ਮੁਆਇਨਾ ਜਰਾ ਸਾਹਮਣੇ ਰੱਖਿਆ ਜੇ ਤੁਸੀਂ ਦੁਨੀਆਂ ਵਾਲੇ ਵੀ ਬੈਠੇ ਇੱਥੇ ਪੁੱਤਰਾਂ ਵਾਲੇ ਵੀ ਬੈਠੇ ਇੱਥੇ ਮਾਵਾਂ ਵਾਲੇ ਵੀ ਬੈਠੇ ਬਾਪ ਵਾਲੇ ਵੀ ਬੈਠੇ ਮੇਰੇ ਹੁਸੈਨ ਦਾ ਹੌਸਲਾ ਦੇਖਿਆ ਜੇ ਸੱਤ ਮੁਹਰਮ ਨੂੰ ਪਾਣੀ ਬੰਦ ਆ ਉਤਰ ਦਿਨ ਦੇ ਸ਼ੇਰ ਜਵਾਨਾ ਅਲੀ ਕਾ ਘਰ ਵੀ ਕਿਆ ਘਰ ਹੈ ਅਲੀ ਕਾ ਘਰ ਵੀ ਕਿਆ ਘਰ ਹੈ ਜਿਸੇ ਸੇ ਕੋ ਵਹੀ ਸ਼ੇਰ ਖੁਦਾ ਮਾਲੂਮ ਹੋਤਾ ਹੈ ਅਜਰਾਬ ਦੇ ਬੱਚੇ ਕਰਿਆ ਜੇ ਹੁਣ ਜਨਾਬੇ ਵਾਲਾ ਦਸ ਮੁਹਰਮ ਦਾ ਸੂਰਜ ਤਲੂ ਹੋਇਆ ਮੇਰੇ ਆਪਾ ਹੁਸੈਨ ਫਰਮਾਇਆ ਅਲੀ ਅਕਬਰ ਜਾ ਮੈਦਾਨੇ ਕਰਬਲਾ ਦਾ ਮੁਆਇਨਾ ਕਰ ਗਿਆ ਆਪਾ ਜਨਾਬੇ ਵਾਲਾ ਜਦੋਂ ਹੁਕਮ ਫਰਮਾਇਆ ਏ ਸ਼ਹਿਜ਼ਾਦਾ ਇੱਕ ਡਿੱਠਾ ਅਜੇ ਬਜਰਾਸ ਇੱਕ ਬਰਖੇਦਾਰ ਖਤੂਨੇ ਚੜੀ ਰੋਂਦੀ ਸਾਰੋ ਸਾਰੇ ਨਾਲੇ ਜਨਾਬੇ ਵਾਲਾ ਮੈਦਾਨ ਸਾਫ ਨਹੀਂ ਕਰਦੀਆਂ ਨੇ ਨਾਲੇ ਅੱਖਾਂ ਜ਼ਰੀਰ ਵਗਾਂਦੀਆਂ ਨੇ ਬੰਦੀਆਂ ਨੇ ਇੱਥੇ ਮੇਰੇ ਲਈ ਇੱਕ ਮੇਰੇ ਨਿਸ਼ਾਨਾ ਏ ਇੱਥੇ ਮੇਰੇ ਕਾਸ਼ਮ ਦੀ ਜਵਾਨੀ ਲੁੱਟੀ ਜਾਣੀ ਏ ਇੱਥੇ ਮੇਰੇ ਆਣੇ ਮੁਹੰਮਦ ਲੈ ਜਨਾਏ ਇੱਥੇ ਮੇਰਾ ਛੋਟਾ ਗਿਆ ਹੁਸੈਨ ਦੀਆਂ ਚੀਖਾਂ ਨਿਕਲ ਗਈਆਂ ਫਰਮਾਇਆ ਪੁੱਤਰਾ ਮੈਂ ਹੁਸੈਨ ਦੀ ਅਮੜੀ ਜਿਹੜੀ ਰੋਂਦੀ ਜ਼ਾਰੇ ਜ਼ਾਰੇ ਉਹ ਪੁੱਤਰਾ ਮੇਰੀ ਮਾਂ ਫਾਤਿਮਾ ਸੀ ਜਿਹੜੀ ਮੈਦਾਨ ਨੂੰ ਸਾਫ ਪਈ ਕਰਦੀ ਸੀ ਅਲੀ ਅਕਬਰ ਆਖਿਆ ਬਾਬਾ ਜੀ ਮੈਨੂੰ ਪਤਾ ਹੁੰਦਾ ਮੈਂ ਆਪਣੀ ਦਾਦੀ ਦੇ ਕਦਮ ਫੜ ਲੈਂਦਾ ਮਾਇਆ ਮੇਰੇ ਇਮਾਮ ਨੇ ਪੁੱਤਰਾ ਆਖਰੀ ਅਜ਼ਾਨ ਕਹਿ ਦੇ ਸਹੀ ਮੈਂ ਕੌਣ ਆਵਾਂ ਮੈਂ ਮੁਸਤਫਾ ਦੀ ਆਲਾ ਮੇਰਾ ਬਾਬਾ ਅਲੀ ਅਲ ਮੁਰਤਜ਼ਾ ਏ ਮੇਰਾ ਨਾਨਾ ਨਬੀਆਂ ਦਾ ਸਰਦਾਰ ਏ ਮੇਰਾ ਬਾਬਾ ਅਲੀ ਏ
ਅਜੇ ਵੀ ਪਹਿਚਾਣ ਜਾਓ, ਅਜੇ ਵੀ ਬਚੋ ਦੇ ਆਉਂਦੇ ਨੇ ਹੁਸੈਨੀਆ ਜੰਗ ਕਰਨ ਜਾਂ ਬੈਠ ਕਰਨ ਵਾਸਤੇ ਤਿਆਰ ਹੋ ਜਾ। ਹੁਣ ਵਾਰੋ ਵਾਰੀ ਕਦੀ ਬਾਹਰ ਬਿਨ ਕਲਬੀ ਕੁਰਬਾਨ ਹੋ ਰਹੇ ਨੇ, ਕਿਧਰੇ ਆਪਣੇ ਮੁਹੰਮਦ ਕੁਰਬਾਨ ਪਏ ਹੁੰਦੇ ਨੇ, ਕਿਧਰੇ ਜਨਾਬੇ ਵਾਲਾ ਕਾਸਿਮ ਦੇ ਕੁਰਬਾਨ ਹੁੰਦੇ ਨੇ, ਕਿਧਰੇ ਜਨਾਬੇ ਵਾਲਾ ਅਲੀ ਅਕਬਰ ਦੀ ਜਵਾਨੀ ਲੁੱਟੀ ਜਾ ਰਹੀ ਹੈ, ਕਿਧਰੇ ਮਸ਼ਹੂਮ ਅਲੀ ਅਸਗਰ ਸ਼ਹੀਦ ਹੋ ਰਹੇ ਨੇ। ਇੱਧਰ ਆਖਰ ਮੇਰੇ ਇਮਾਮ ਹੁਸੈਨ ਦੀ ਵਾਰੀ ਆ ਗਈ, ਆਕਾ ਹੁਸੈਨ ਦੀ ਵਾਰੀ ਆਈ ਹੈ, ਜਰਾ ਤਸੱਬਰ ਤੇ ਰੱਖਿਆ ਜੇ। ਹੁਣ ਜਨਾਬੇ ਵਾਲਾ ਕੋਈ ਨਹੀਂ ਰਹਿ ਗਿਆ, ਪਿੱਛੇ ਕੋਈ ਨਹੀਂ ਰਹਿ ਗਿਆ, ਕੱਲਾ ਹੁਸੈਨ ਜ਼ੈਨਬ ਖੈਮੇ ਵਿੱਚ ਰੋ ਰਹੀ ਹੈ। ਸ਼ਾਲਾ ਮਰਦ ਨਾ ਵੀਰ ਕਿਸੇ ਦੇ ਖਜ਼ਾਨੇ ਵਾਲੇ ਖੋਲੇ ਉਹ ਪੜ
ਰਾਜਾ